ਤਾਂ ਸ਼ੰਭੂ ਬਾਰਡਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿਸਾਨਾਂ ਦੇ ਵੱਲੋਂ ਹਾਈਡ੍ਰੋਲਿਕਸ ਕਰੇਨ ਮੰਗਾਈ ਗਈ ਹੈ, ਨਾਲ JCB ਕਰੇਨ ਮੰਗਾਈ ਗਈ ਹੈ। ਦੋ ਤਿੰਨ ਤਰੀਕੇ ਦੀਆਂ ਕਰੇਨਾਂ ਸ਼ੰਭੂ ਬਾਰਡਰ ਤੇ ਮੰਗਾ ਲਈਆਂ ਗਈਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ, ਜਿੱਥੇ ਕਿਸਾਨ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਯਾਨੀ ਕਿ ਨਿਹੰਗ ਸਿੰਘ ਰਲ ਕੇ ਹਾਈਡ੍ਰੋਲਿਕਸ ਕਰੇਨ ਲੈ ਕੇ ਪਹੁੰਚੇ ਨੇ ਬਾਰਡਰ ਤੇ। ਕੱਲ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ, ਕੂਚ ਕਰਨ ਦਾ ਐਲਾਨ ਕੀਤਾ ਹੈ। ਤੇ ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਰਾਹ ਵਿੱਚ ਆਉਣ ਵਾਲੀਆਂ ਅੜਚਣਾਂ ਵੀ ਪੱਟੀਆਂ ਜਾਣਗੀਆਂ, ਯਾਨੀ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਰੇਨ ਬਾਰਡਰ ਨੂੰ ਹਟਾਉਣ ਦੇ ਲਈ, ਬਾਰਡਰ ਤੇ ਜਿਹੜੇ ਬੈਰੀਗੇਟ ਲਗਾਏ ਗਏ ਨੇ ਉਹਨਾਂ ਨੂੰ ਹਟਾਉਣ ਦੇ ਲਈ ਮੰਗਾਈ ਗਈ ਹੈ। JCB ਮਸ਼ੀਨ ਵੀ ਉਹਨਾਂ ਨੂੰ ਤਹਿਸ ਨਹਿਸ ਕਰਨ ਲਈ ਮੰਗਾਈ ਗਈ ਹੈ, ਕਿਉਂਕਿ ਕਿਸਾਨਾਂ ਨੇ ਸਾਫ਼ ਸਾਫ਼ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਜਾ ਕੇ ਉਹਨਾਂ ਨੇ ਧਰਨਾ ਕਰਨਾ ਹੈ, ਕਿਉਂਕਿ ਉਹਨਾਂ ਨੂੰ ਹਰੇਕ ਫਸਲ 'ਤੇ MSP ਚਾਹੀਦੀ ਹੈ। ਜੀ ਹਾਂ, ਦੱਸ ਦਈਏ ਕਿ 4 ਮੀਟਿੰਗਾਂ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀ ਹੋ ਚੁੱਕੀ ਹੈ। 4 ਮੀਟਿੰਗਾਂ ਦੇ ਵਿੱਚ ਚੌਥੀ ਮੀਟਿੰਗ ਦਾ ਸਿੱਟਾ ਨਿਕਲਿਆ ਸੀ, ਜਿੱਥੇ ਕੇਂਦਰ ਦੇ ਮੰਤਰੀਆਂ ਨੇ ਪ੍ਰਸਤਾਵ ਰੱਖਿਆ ਸੀ ਕਿਸਾਨਾਂ ਦੇ ਅੱਗੇ ਕਿ 5 ਫਸਲਾਂ ਹੋਰ 'ਤੇ ਉਹ MSP ਦੇਣਗੇ। ਕਪਾਹ, ਮੱਕੀ, ਉੜਦ, ਮਸਰ ਅਤੇ ਅਰਹਰ ਦੀ ਇਹ 3 ਦਾਲ ਅਤੇ ਕਪਾਹ ਮੱਕੀ ਯਾਨੀ ਕਿ 5 ਫਸਲਾਂ 'ਤੇ ਹੋਰ MSP ਦੇਣ ਦਾ ਪ੍ਰਸਤਾਵ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਆਗੂ ਪੰਧੇਰ ਅਤੇ ਡੱਲੇਵਾਲ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਕਿ ਉਹ ਵਿਚਾਰ ਕਰਕੇ ਦੱਸਣਗੇ। ਤਾਂ ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਕਿ ਦਿੱਲੀ ਕੂਚ ਜਾਰੀ ਰਹੇਗਾ, ਉਹਨਾਂ ਨੂੰ ਕੇਂਦਰ ਦੇ ਵੱਲੋਂ ਦਿੱਤਾ ਹੋਇਆ ਪ੍ਰਸਤਾਵ ਮਨਜ਼ੂਰ ਨਹੀਂ ਹੈ ਅਤੇ ਦਿੱਲੀ ਵੱਲ ਕਿਸਾਨ ਕੂਚ ਕਰਨਗੇ, ਉਹ ਵੀ 21 ਫਰਵਰੀ ਨੂੰ ਯਾਨੀ ਕਿ ਕੱਲ੍ਹ। ਤਾਂ ਉਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਅੱਜ ਕਿਸਾਨ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਯਾਨੀ ਕਿ ਨਿਹੰਗ ਸਿੰਘ JCB ਮਸ਼ੀਨ ਅਤੇ ਹਾਈਡ੍ਰੋਲਿਕਸ ਕਰੇਨ ਲੈ ਕੇ ਸ਼ੰਭੂ ਬਾਰਡਰ 'ਤੇ ਪਹੁੰਚ ਗਏ ਨੇ। ਕਾਫੀ ਤੇਜ਼ੀ ਦੇ ਨਾਲ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਤਾਂ ਦੱਸ ਦਈਏ ਕਿ ਜਿਹੜੀ ਚੌਥੀ ਮੀਟਿੰਗ ਹੋਈ ਸੀ ਉਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਹਾਂ, ਹਰੇਕ ਫੈਸਲਾ ਕਿਸਾਨਾਂ ਦਾ ਮੰਨਿਆ ਜਾਵੇਗਾ। ਤਾਂ MSP ਦੇਣ ਨੂੰ ਕੇਂਦਰੀ ਸਰਕਾਰ ਤਿਆਰ ਹੋ ਗਈ ਸੀ। ਝੋਨੇ ਅਤੇ ਕਣਕ ਦੇ ਨਾਲ ਕਪਾਹ, ਮੱਕੀ, ਉੜਦ, ਮਸਰ, ਅਰਹਰ ਇਹਨਾਂ 7 ਚੀਜ਼ਾਂ 'ਤੇ MSP ਦੇਣ ਨੂੰ ਮੰਨ ਗਈ ਸੀ ਸਰਕਾਰ। 5 ਸਾਲਾਂ ਦਾ ਕਰਾਰ ਕਰਨ ਨੂੰ ਵੀ ਤਿਆਰ ਹੋ ਗਈ ਸੀ ਸਰਕਾਰ, ਪਰ ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਕਿਸਾਨਾਂ ਦਾ ਦਿੱਲੀ ਕੂਚ ਲਗਾਤਾਰ ਜਾਰੀ ਹੈ। ਅਤੇ ਉਸੇ ਦੌਰਾਨ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਅਤੇ ਨਿਹੰਗ ਸਿੰਘ ਮਿਲ ਕੇ ਕਰੇਨ ਲਿਆਏ ਨੇ, ਹਾਈਡ੍ਰੋਲਿਕਸ ਕਰੇਨ ਲੈ ਕੇ ਆਏ ਨੇ। ਦੇਖ ਸਕਦੇ ਹੋ ਕਿ ਕਿੱਡਾ ਜ਼ਿਆਦਾ ਇਕੱਠ ਹੋਇਆ ਹੈ ਸ਼ੰਭੂ ਬਾਰਡਰ 'ਤੇ।